ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋਂ ਬਲਹਾਰੀ ਸਤਿਗੁਰ ਚਰਨਾ। ਇਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਵਿੱਚ, ਜਿੱਥੇ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਵੱਲੋਂ ਚੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ। ਜਪਜੀ ਸਾਹਿਬ ਦੇ ਪਾਠ ਅਤੇ ਚੁਪਈ ਸਾਹਿਬ ਦੇ ਪਾਠ ਜਿਹੜੇ ਉਹ ਹੋ ਚੁੱਕੇ ਹਨ, ਅਤੇ ਥੋੜ੍ਹੀ ਹੀ ਦੇਰ ਤੱਕ ਜਿਹੜਾ ਸੁਖਮਨੀ ਸਾਹਿਬ ਜੀ ਦਾ ਪਾਠ ਹੈ ਉਹ ਸ਼ੁਰੂ ਹੋਣ ਵਾਲਾ ਹੈ। ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਵਿੱਚ ਸੰਗਤਾਂ ਜਿਹੜੀਆਂ ਦੂਰੋਂ ਦੂਰੋਂ ਆ ਕੇ ਇੱਥੇ ਨਤਮਸਤਕ ਹੁੰਦੀਆਂ ਨੇ, ਪਾਠ ਕਰ ਰਹੀਆਂ ਨੇ, ਸੇਵਾ ਕਰ ਰਹੀਆਂ ਨੇ। ਜਿੱਥੇ ਕਿਤੇ ਵੀ ਸੰਗਤਾਂ ਨੂੰ ਬੈਠਣ ਦੀ ਜਗ੍ਹਾ ਮਿਲਦੀ ਹੈ, ਸੰਗਤਾਂ ਉੱਥੇ ਬੈਠ ਕੇ ਹੀ ਗੁਰੂ ਘਰ ਦੇ ਵਿੱਚ ਹਾਜ਼ਰੀ ਭਰ ਰਹੀਆਂ ਨੇ। ਸੰਗਤਾਂ ਨਾਲ ਗੱਲਬਾਤ ਵੀ ਕਰਾਂਗੇ, ਸੰਗਤਾਂ ਵੱਲੋਂ ਪੱਖੇ ਚੱਲਣ ਦੀ ਸੇਵਾ ਵੀ ਕੀਤੀ ਜਾ ਰਹੀ ਹੈ, ਗੁਟਕਾ ਸਾਹਿਬ ਜਿਹੜੀ ਇਕੱਠੇ ਕਰਨ ਦੀ ਸੇਵਾ, ਹੋਰ ਬਹੁਤ ਸਾਰੀਆਂ ਸੇਵਾ ਜਿਹੜੀਆਂ ਸੰਗਤਾਂ ਵੱਲੋਂ ਉਹ ਨਿਭਾਈਆਂ ਜਾ ਰਹੀਆਂ ਨੇ। ਗੱਲਬਾਤ ਕਰਦੀਆਂ ਇੱਥੇ ਜਿਹੜੇ ਸੇਵਾ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਜੀ ਸੀ। ਵਾਹਿਗੁਰੂ ਜੀ, ਮੈਂ ਇੱਥੋਂ ਹੀ ਹਾਂ, ਤਰਨ ਤਾਰਨ ਰੋਡ। ਹਰ ਐਤਵਾਰ ਆਉਂਦੇ? ਹਾਂਜੀ, ਹਰ ਡੇਲੀ ਆਈਦਾ, ਸਵੇਰੇ ਵੀ ਅਤੇ ਐਤਵਾਰ ਚੁਪਹਿਰ। ਸੰਗਤ ਬਾਹਰੋਂ ਆਉਂਦੀ, ਇੰਨੀ ਦੂਰ ਤੋਂ ਆਉਂਦੀ ਆ, ਵਿਦੇਸ਼ਾਂ ਤੋਂ ਆ ਰਹੀ ਆ, ਬਾਹਰੋਂ ਬੰਬੇ ਤੋਂ ਆ ਰਹੀ ਆ, ਇੱਧਰੋਂ ਸਾਰੇ ਮੋਗੇ ਵੱਲ ਤੋਂ, ਕਪੂਰਥਲੇ ਤੋਂ, ਲੁਧਿਆਣੇ ਤੋਂ, ਇੰਨੀ ਦੂਰ ਦੂਰ ਬਾਬਾ ਜੀ ਦੀ ਇੰਨੀ ਮਿਹਰ ਹੋ ਰਹੀ, ਅਤੇ ਅਸੀਂ ਸੇਵਾ ਕਰਨ ਵਾਸਤੇ ਇੱਥੋਂ ਨਹੀਂ ਆ ਸਕਦੇ। ਸਾਡੇ ਬੜੇ ਹੀ ਭਾਗ ਕਰਮਾਂ ਵਾਲੇ, ਅਸੀਂ ਭਾਗਾਂ ਵਾਲੇ ਜੀ ਹਾਂ, ਜਿਹੜੇ ਕਿ ਇਸ ਧਰਤੀ 'ਤੇ ਮਹਾਰਾਜ ਨੇ ਸਾਨੂੰ ਦਰਸ਼ਨ ਦੇ ਰਹੀਆਂ। ਸੰਗਤਾਂ ਇੰਨੀ ਦੂਰੋਂ ਦੂਰੋਂ ਧੁੱਪ 'ਚ ਵਾਹਿਗੁਰੂ ਜੀ ਬੈਠੀਆਂ ਨੇ, ਚੁਪਹਿਰਾ ਕੱਟ ਰਹੇ, ਬਾਬਾ ਜੀ ਮਿਹਰ ਹੀ ਇੰਨੀ ਕਰ ਰਹੇ ਨੇ, ਕਿਰਪਾ ਹੀ ਇੰਨੀ ਕਰ ਰਹੇ ਨੇ ਕਿ ਸੰਗਤਾਂ ਨੂੰ ਕੋਈ ਧੁੱਪ ਗਰਮੀ ਦਾ ਬਿਲਕੁਲ ਵੀ ਇੰਨਾ ਵੀ ਲਿਆ ਹੈ ਨਹੀਂ ਹੈ ਕਿ ਆਪਾਂ ਧੁੱਪੇ ਬਹਿ ਰਹੇ ਹਾਂ। ਬਾਬਾ ਜੀ ਦੀ ਇੰਨੀ ਕਿਰਪਾ ਹੋ ਰਹੀ, ਇੰਨੀਆਂ ਗਰਮੀਆਂ ਦੇ ਵਿੱਚ ਚੁਪਹਿਰਾ ਕੱਟਣਾ, ਬੱਚਿਆਂ ਨੂੰ ਲੈ ਕੇ ਆ ਰਹੀਆਂ ਨੇ ਬਿਨਾਂ ਦਵਾਈ ਤੋਂ, ਪਾਣੀ ਤੋਂ, ਸਾਰੀਆਂ ਸੰਗਤਾਂ ਇੱਥੇ ਬੈਠੀਆਂ ਨੇ, ਕਿੰਨੀ ਬਾਬਾ ਜੀ ਦੀ ਕਿਰਪਾ ਹੈ। ਇਹ ਵੇਖੋ ਬਾਬਾ ਜੀ ਆਪ ਕਰਵਾ ਰਹੇ ਨੇ, ਸਭ ਦੀਆਂ ਝੋਲੀਆਂ ਭਰਦੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ੀ, ਖਾਲਸਾ ਵਾਹਿਗੁਰੂ ਜੀ। ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਹਾਂ, ਸੰਗਤਾਂ ਦੀ ਅਥਾਹ ਸ਼ਰਧਾ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਇੱਥੇ ਦੂਰੋਂ ਦੂਰੋਂ ਜਿਹੜੀਆਂ ਹੈ ਉਹ ਹਾਜ਼ਰੀ ਭਰਦੀਆਂ ਨੇ। ਮਾਤਾਵਾਂ ਜਿਹੜੀਆਂ ਜਿਹੜੇ ਕਿ ਬਹੁਤ ਬਜ਼ੁਰਗ ਨੇ ਉਹ ਵੀ ਹਾਜ਼ਰੀ ਭਰਦੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕਿੱਥੋਂ ਆਉਂਦੇ ਹੋ? ਅਸੀਂ ਤਾਂ ਪਟਿਆਲੇ ਤੋਂ। ਹਾਂਜੀ, ਪਟਿਆਲੇ ਤੋਂ। ਪਟਿਆਲੇ ਤੋਂ ਹਰ ਐਤਵਾਰ ਹਾਜ਼ਰੀ ਭਰਦੇ ਹੋ? ਨਾ, ਪਹਿਲੀ ਵਾਰ ਆਏ। ਪਹਿਲੀ ਵਾਰੀ ਆਏ ਹੋ, ਤੇ ਕਿੰਨਾ ਕੁ ਸਕੂਨ ਮਿਲਿਆ ਇਸ ਧਰਤੀ ਤੇ ਆ? ਸਾਡੇ ਗੁਰਦੁਆਰੇ ਹੁੰਦਾ ਜੀ ਪਹਿਲਾ ਮਹੀਨਾ। ਹਾਂਜੀ, ਅਸੀਂ ਆਪਣੇ ਗੁਰਦੁਆਰੇ ਹੋਇਆ ਜੀ ਮਹੀਨਾ। ਇੱਥੇ ਆ ਕੇ ਕਿੰਨਾ ਕੁ ਸਕੂਨ ਮਿਲਿਆ? ਸੰਗਤਾਂ ਦੇਖ ਰਹੇ ਹੋ ਇੰਨੀਆਂ ਮੌਜੂਦ ਨੇ, ਬਥੇਰਾ। ਹਾਂ, ਬਹੁਤ ਆਨੰਦ ਆਇਆ, ਬਹੁਤ ਆਨੰਦ ਆਇਆ। ਤੇ ਕੀ ਕਹਿਣਾ ਚਾਹੋਗੇ? ਸੰਗਤਾਂ ਇੱਥੇ ਹਰ ਐਤਵਾਰ ਚੁਪਹਿਰਾ ਸਾਹਿਬ 'ਚ ਹਾਜ਼ਰੀਆਂ ਭਰਦੀਆਂ ਨੇ, ਕਿੰਨਾ ਕੁ ਵਿਸ਼ਵਾਸ ਰੱਖਦੀਆਂ ਨੇ? ਬਥੇਰਾ ਰੱਖਦੀਆਂ ਨੇ, ਹੁਣ ਜਿਹੜੇ ਵਿਸ਼ਵਾਸ ਤਾਹੀਓ ਆਉਂਦੀਆਂ ਨੇ। ਇੰਨੇ ਬਜ਼ੁਰਗ ਹੋ ਤੁਸੀਂ, ਤੁਹਾਨੂੰ ਕੋਈ ਤਕਲੀਫ ਨਹੀਂ ਹੁੰਦੀ ਆਉਣ ਦੇ ਵਿੱਚ? ਨਾ, ਕੋਈ ਨਹੀਂ ਹੁੰਦਾ। ਕਿੰਨਾ ਕੁ ਸਕੂਨ ਮਿਲਦਾ? ਬਥੇਰਾ। ਪੂਰਾ 12 ਤੋਂ 4 ਵਜੇ ਤੱਕ ਚੁਪਹਿਰਾ ਸਾਹਿਬ 'ਚ ਬੈਠੇ ਰਹਿੰਦੇ ਹੋ? ਮਹੀਨਾ ਹੋ ਗਿਆ ਬੈਠੇ ਨੂੰ। ਹਾਂਜੀ, ਮਹੀਨਾ ਹੋ ਗਿਆ ਬੈਠਿਆਂ ਨੂੰ। ਅਸੀਂ ਮਹੀਨਾ ਹੋ ਗਿਆ ਹੁੰਦਾ ਜੀ ਪਹਿਲਾਂ। ਹਾਂਜੀ, ਮਹੀਨਾ ਸਾਡੇ ਪਿੰਡ ਹੁੰਦਾ ਜੀ। ਅੱਛਾ, ਪਿੰਡੋਂ ਸਾਰੇ ਤੁਸੀਂ ਇਕੱਠੇ ਆਉਂਦੇ ਹੋ? ਤੇ ਹੋਰ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਕੀ ਕਹਿਣਾ ਹੋਰ ਸੰਗਤਾਂ ਨੂੰ, ਭਾਈ ਆਓ, ਚੰਗਾ ਹੀ ਹੈ ਤਾਂ। ਹੋਰ ਉੱਠਾਂ? ਠੀਕ ਹੈ ਜੀ। ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਹਾਂ, ਸੰਗਤਾਂ ਦੂਰੋਂ ਦੂਰੋਂ ਪਿੰਡਾਂ ਥਾਵਾਂ ਤੋਂ ਜਿਹੜੀਆਂ ਆ ਕੇ ਇੱਥੇ ਬੈਠੀਆਂ ਨੇ, ਹਾਜ਼ਰੀ ਭਰ ਰਹੀਆਂ ਨੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਕਿੱਥੋਂ ਆਉਂਦੇ ਹੋ? ਮੈਂ ਰਈਏ ਲਾਗੋ ਆਇਆ ਜੀ। ਹਰ ਐਤਵਾਰ ਹਾਜ਼ਰੀ ਭਰਦੇ ਹੋ? ਹਾਂਜੀ, 2.5-3 ਮਹੀਨੇ ਹੋ ਗਏ ਜੀ। ਤੇ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ ਇੱਥੇ ਸੰਗਤਾਂ ਹੁਮ ਹੁਮ ਆ ਕੇ ਹਾਜ਼ਰੀ ਭਰਦੀਆਂ ਨੇ ਚੁਪਹਿਰਾ ਸਾਹਿਬ ਦੇ ਵਿੱਚ? ਹਾਂਜੀ, ਬਹੁਤ ਵਿਸ਼ਵਾਸ ਆ ਜੀ। ਪਹਿਲੀ ਵਾਰੀ ਤਾਂ ਮੇਰਾ ਦੋਸਤ ਲੈ ਕੇ ਆਇਆ ਸੀ ਜ਼ਬਰਦਸਤੀ, ਪਰ ਉਦੋਂ ਬਾਅਦ ਫਿਰ ਇੰਨੀ ਕੁ ਸ਼ਰਧਾ ਬਣ ਗਈ
ਤੇ ਜੋ ਬਿਮਾਰੀਆਂ ਬੁਮਾਰੀਆਂ ਸੀ ਘਰ ਸਭ ਕੁਝ ਠੀਕ ਹੋ ਗਿਆ ਜੀ। ਹੁਣ 2-3 ਮਹੀਨੇ ਹੋ ਗਏ ਰੋਜ਼ ਹਰ ਹਰ ਦਾ ਰਾਈ ਜਾ। ਤੇ ਹੋਰ ਜਿਹੜੇ ਹੋਰ ਨੌਜਵਾਨ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਤੇ ਮੈਸੇਜ ਇਹੀ ਦੇਣਾ ਚਾਹਾਂਗਾ ਕਿ ਹਰ ਇੱਥੇ ਆਓ, ਹਰ ਕੋਈ ਚੀਜ਼ ਮਿਲਦੀ ਆ। ਜੇ ਕਿਸੇ ਨੇ ਬਾਹਰ ਦਾ ਕੰਮ ਬਣਾਉਣਾ ਉਹ ਵੀ ਮਿਲਦਾ ਆ, ਜੇ ਕਿਸੇ ਦੇ ਘਰ ਬਿਮਾਰੀਆਂ ਉਹ ਵੀ ਠੀਕ ਹੁੰਦੀਆਂ, ਸਭ ਕੁਝ ਮਹਾਰਾਜ ਕਿਰਪਾ ਕਰਦੇ ਆ ਜੀ। ਸੋ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ ਦੂਰੋਂ ਦੂਰੋਂ ਹਾਜ਼ਰੀਆਂ ਭਰਦੀਆਂ ਨੇ। ਸੰਗਤਾਂ ਦਾ ਇੱਥੇ ਗੁਰੂ ਮਹਾਰਾਜ ਦੇ ਪ੍ਰਤੀ ਵਿਸ਼ਵਾਸ ਹੈ ਕਿ ਇੱਥੇ ਆ ਕੇ ਜਿਹੜੇ ਉਹਨਾਂ ਦੇ ਹਰ ਇੱਕ ਜਿਹੜਾ ਦੁੱਖ ਦਰਦ ਹੈ ਉਹ ਕੱਟੇ ਜਾਂਦੇ ਨੇ। ਸੰਗਤਾਂ ਦੇਖ ਸਕਦੇ ਹੋ ਲਾਈਨਾਂ ਦੇ ਵਿੱਚ ਪੂਰਾ ਰਸ਼ ਜਿਹੜਾ ਉਹ ਸੰਗਤਾਂ ਦਾ ਪਿਆ ਹੋਇਆ ਹੈ। ਬੀਬੀਆਂ ਜਿਹੜੀਆਂ ਨੇ, ਬਜ਼ੁਰਗ ਨੇ, ਮਾਤਾਵਾਂ ਭੈਣਾਂ ਸਭ ਜਿਹੜੇ ਨੇ ਇੱਥੇ ਰਲ ਮਿਲ ਕੇ ਸੇਵਾ ਕਰ ਰਹੇ ਨੇ, ਹਾਜ਼ਰੀ ਭਰ ਰਹੇ ਨੇ, ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਆਉਂਦੇ ਹੋ? ਚੋਲਾ ਸਾਹਿਬ। ਹਰ ਐਤਵਾਰ ਹਾਜ਼ਰੀ ਭਰਦੇ ਹੋ? ਹਾਂਜੀ ਹਾਂਜੀ। ਤੇ ਕੀ ਕਹਿਣਾ ਚਾਹੋਗੇ? ਇੱਥੇ ਸੰਗਤਾਂ ਹਾਜ਼ਰੀ ਭਰਦੀਆਂ ਨੇ, ਦੁੱਖ ਦਰਦ ਦੂਰ ਹੁੰਦੇ ਨੇ, ਕਿੰਨਾ ਕੁ ਵਿਸ਼ਵਾਸ ਰੱਖਦੇ ਹੋ ਬਾਬਾ ਦੀਪ ਸਿੰਘ? ਬਹੁਤ ਕਰਦੇ ਹਾਂ, ਬਹੁਤ ਕਰਦੇ। ਮਹਾਰਾਜ ਭਲਾ ਕਰੇ, ਕਿਰਪਾ ਕਰੇ, ਆਸਾਂ ਮੁਰਾਦਾਂ ਪੂਰੀਆਂ ਕਰੇ। ਬਾਬਾ ਦੀਪ ਸਿੰਘ ਮੇਰਾ ਕਰੇ, ਕਿਰਪਾ ਕਰੇ। ਤੁਹਾਡੀ ਕੋਈ ਆਸ ਮੁਰਾਦ ਇੱਥੇ ਪੂਰੀ ਹੋਈ ਹੋਵੇ? ਆਪੇ ਕਰਨ, ਬਾਬਾ ਦੀਪ ਸਿੰਘ ਆਪੇ ਕਰੂ। ਉਹਨਾਂ ਹੀ ਕਰਨੀ ਹੈ, ਉਹਨਾਂ ਹੀ ਕਰਨੀ। ਬਾਬਾ ਦੀਪ ਸਿੰਘ ਜੀ ਆਪੇ ਕਰਨਗੇ ਹਾਜ਼ਰੀਆਂ ਪ੍ਰਵਾਨ ਕਰੇ। ਕਿੰਨੀ ਦੇਰ ਤੋਂ ਹਾਜ਼ਰੀ ਭਰ ਰਹੇ ਹੋ? ਮੈਨੂੰ ਅੱਜ ਤੀਜਾ ਐਤਵਾਰ ਆ। ਸੋ ਦੇਖ ਸਕਦੇ ਹੋ ਕਿ ਸੰਗਤਾਂ ਇੱਥੇ, ਕਈਆਂ ਨੂੰ ਥੋੜ੍ਹਾ ਹੀ ਸਮਾਂ ਹੋਇਆ ਹੈ ਅਤੇ ਬਾਬਾ ਜੀ ਉਹਨਾਂ ਦੀਆਂ ਹਰ ਮੁਰਾਦਾਂ ਜਿਹੜੀਆਂ ਨੇ ਪੂਰਾ ਕਰਦੀਆਂ ਨੇ ਅਤੇ ਇੱਥੇ ਹਾਜ਼ਰੀ ਭਰਦੀਆਂ ਨੇ। ਗਰਮੀ ਹੋਣ ਦੇ ਬਾਵਜੂਦ ਵੀ ਸੰਗਤਾਂ ਦੂਰੋਂ ਦੂਰੋਂ ਆ ਕੇ ਇੱਥੇ ਨਤਮਸਤਕ ਹੋ ਰਹੀਆਂ ਨੇ, ਹਾਜ਼ਰੀ ਭਰ ਰਹੀਆਂ ਨੇ। ਸੰਗਤਾਂ ਜਿਹੜੀ ਅਥਾਹ ਸ਼ਰਧਾ ਹੈ ਉਹ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਦੇਖ ਸਕਦੇ ਹੋ। ਚੁਪਹਿਰਾ ਸਾਹਿਬ ਦੇ ਵਿੱਚ ਸੰਗਤਾਂ ਜਪਜੀ ਸਾਹਿਬ, ਚੁਪਈ ਸਾਹਿਬ, ਸ਼੍ਰੀ ਸੁਖਮਨੀ ਸਾਹਿਬ, 6 ਪੌੜੀਆਂ, ਆਨੰਦ ਸਾਹਿਬ ਜੀ ਦੇ ਪਾਠ ਦੇ ਉਪਰੰਤ ਅਰਦਾਸ ਵਿੱਚ ਸ਼ਾਮਿਲ ਹੋ ਕੇ ਜਿਹੜਾ ਚੁਪਹਿਰਾ ਸਾਹਿਬ ਹੈ ਉਹਦੇ ਵਿੱਚ ਹਾਜ਼ਰੀ ਭਰਦੀਆਂ ਨੇ। ਹੋਰ ਵੀ ਵੀਰਾਂ ਨਾਲ ਜਿਹੜੇ ਇੱਥੇ ਸੇਵਾ ਕਰ ਰਹੇ ਨੇ, ਗੁਟਕਿਆਂ ਦੀ ਸੇਵਾ ਕਰ ਰਹੇ ਨੇ, ਇੱਥੇ ਪੱਖੇ ਚੱਲਣ ਦੀ ਸੇਵਾ ਜਿਹੜੀ ਚੱਲ ਰਹੀ ਹੈ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਨਾਮ ਹੈ ਤੁਹਾਡਾ? ਮਨਜੀਤ ਕੌਰ। ਹਰ ਐਤਵਾਰ ਹਾਜ਼ਰੀ ਭਰਦੇ ਹੋ? ਹਾਂਜੀ ਜੀ। ਕਿੱਥੋਂ ਆਉਂਦੇ ਹੋ? ਚੋਲਾ ਸਾਹਿਬ ਤੋਂ ਜੀ। ਕੀ ਕਹਿਣਾ ਚਾਹੋਗੇ? ਸੰਗਤਾਂ ਇੱਥੇ ਹਰ ਐਤਵਾਰ ਹਾਜ਼ਰੀ ਭਰਦੀਆਂ ਨੇ, ਅਥਾਹ ਸ਼ਰਧਾ ਦੇਖਣ ਨੂੰ ਮਿਲਦੀ? ਹਾਂਜੀ, ਬਹੁਤ ਮਨੋਕਾਮਨਾ ਪੂਰੀ ਹੁੰਦੀ ਜੀ। ਹਾਂਜੀ। ਤੁਸੀਂ ਕਿਹੜੀ ਸੇਵਾ ਕਰਦੇ? ਜਿਹੜੀ ਵੀ ਮਿਲਦੀ ਜੀ, ਪੱਖੀ ਦੀ, ਗੁਟਕਾ ਸਾਹਿਬ ਦੇ, ਜੋ ਵੀ ਮਿਲਦੀ। ਹੋਰ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ। ਹਾਂਜੀ ਜੀ, ਮਨੋ ਤਨੋਂ ਆਉਂਦੀਆਂ ਜੀ। ਹਾਂਜੀ, ਯਕੀਨ ਕਰਕੇ ਆਉਂਦੀਆਂ। ਤੁਸੀਂ ਵੀ ਪਰਿਵਾਰ ਸਮੇਤ ਹਾਜ਼ਰੀ ਭਰਦੇ ਹੋ? ਹਾਂਜੀ, ਸਿੰਗਲ ਹੀ ਹੈ, ਫੈਮਿਲੀ ਮੈਂ ਕਈ ਜੋਬ ਕਰਦੀ ਹਾਂ। ਕਿੰਨਾ ਕੁ ਸਮਾਂ ਲੱਗਦਾ ਹੈ? 2 ਘੰਟੇ। ਹਰ ਐਤਵਾਰ ਬਿਨ ਨਾਗਾ ਆਉਂਦੇ ਹੋ? ਹਾਂਜੀ। ਜੇਕਰ ਕੋਈ ਕੰਮ ਪੈ ਜਾਵੇ ਐਤਵਾਰ ਤਾਂ ਫਿਰ ਉਹਨੂੰ ਕੱਟ ਕੇ ਇੱਥੇ ਹਾਜ਼ਰੀ ਭਰਦੇ ਹੋ? ਬਾਬੇ ਦੇ ਕਈ ਵਾਰ ਕੰਮ ਪਿਆ ਹੀ ਨਹੀਂ ਕੋਈ। ਹਾਂਜੀ। ਹੋਰ ਸੰਗਤਾਂ ਆਪਣੇ ਵਰਗੀਆਂ ਸੰਗਤਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਬਸ ਇਹ ਕਹੋ, ਨਸ਼ੇ ਤੋਂ ਦੂਰ ਰਹੋ, ਬਾਣੀ ਤੇ ਬਾਣਾ ਧਾਰਨ ਕਰੋ। ਸੋ ਦੇਖ ਸਕਦੇ ਹੋ ਸੰਗਤਾਂ ਇੱਥੇ ਤਨ ਮਨ ਦੇ ਨਾਲ ਜਿਹੜੀਆਂ ਸੇਵਾ ਵੀ ਕਰਦੀਆਂ ਨੇ ਅਤੇ ਇਹੀ ਕਹਿ ਰਹੀਆਂ ਨੇ ਕਿ ਬਾਣੀ ਨਾਲ ਜੁੜੋ ਅਤੇ ਨਸ਼ਿਆਂ ਤੋਂ ਦੂਰ ਰਹੋ। ਹੋਰ ਵੀ ਸੰਗਤਾਂ ਦੇਖ ਸਕਦੇ ਹੋ ਜਗ੍ਹਾ ਜਿੱਥੇ ਵੀ ਜੋ ਸੰਗਤਾਂ ਨੂੰ ਮਿਲ ਰਹੀ ਹੈ, ਸੰਗਤਾਂ ਬੈਠਣ ਲਈ ਜਗ੍ਹਾ ਲੱਭ ਰਹੀਆਂ ਨੇ, ਸੇਵਾ ਕੀਤੀ ਜਾ ਰਹੀ ਹੈ, ਭੈਣਾਂ ਵੱਲੋਂ ਵੀ ਸੇਵਾ ਕੀਤੀ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਆਉਂਦੇ ਹੋ? ਅਸੀਂ ਅੰਮ੍ਰਿਤਸਰ ਤੋਂ ਹੀ ਹਾਂ। ਹਰ ਐਤਵਾਰ ਹਾਜ਼ਰੀ ਭਰਦੇ ਹੋ? ਹਾਂਜੀ, ਸਾਨੂੰ 4 ਸਾਲ ਹੋ ਗਏ ਹੈ। ਹਾਂਜੀ। ਅਤੇ ਕੀ ਕਹਿਣਾ ਚਾਹੋਗੇ? ਇੱਥੇ ਸੰਗਤਾਂ ਘੁੰਮ ਘੁੰਮ ਆ ਕੇ ਹਰ ਐਤਵਾਰ ਹਾਜ਼ਰੀ ਭਰਦੀਆਂ ਨੇ, ਅਥਾਹ ਸ਼ਰਧਾ ਜਿਹੜੀ ਹੈ ਸੰਗਤਾਂ ਦੀਆਂ ਮਨ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਕਿ? ਹਾਂਜੀ, ਬਾਬਾ ਦੀਪ ਸਿੰਘ ਜੀ ਦੀ ਬਹੁਤ ਮਿਹਰ ਹੈ, ਬਹੁਤ ਕਿਰਪਾ ਉਹਨਾਂ ਦੀ, ਇਸ ਕਰਕੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਅਤੇ ਬਹੁਤ ਵਧੀਆ ਲੱਗਦਾ ਸਾਨੂੰ, ਅਸੀਂ ਸੇਵਾ ਕਰਦੇ ਹਾਂ, ਸਾਨੂੰ ਸੇਵਾ ਦਾ ਮੌਕਾ ਮਿਲਿਆ।
ਹਰ ਐਤਵਾਰ ਸੇਵਾ ਕਰਦੇ? ਹਾਂਜੀ, ਅਸੀਂ ਹਰ ਐਤਵਾਰ ਸੇਵਾ ਕਰਦੇ ਹਾਂ। ਤੇ ਹੋਰ ਆਪਣੇ ਵਰਗੀਆਂ ਨੌਜਵਾਨ ਭੈਣਾਂ ਨੂੰ ਕੀ ਮੈਸੇਜ? ਸਾਡੇ ਨਾਲ ਹੈ, ਸਾਡੀਆਂ ਭੈਣਾਂ ਸਾਡੇ ਨਾਲ ਸੇਵਾ ਕਰਦੀਆਂ, ਦੂਰੋਂ ਦੂਰੋਂ ਪਿੰਡਾਂ ਤੋਂ ਆਉਂਦੀਆਂ। ਅਸੀਂ ਸਭ ਇਕੱਠੇ ਹੁੰਦੇ ਹਾਂ ਸਵੇਰੇ, ਫਿਰ ਅਸੀਂ ਆਪਣੀ ਸੇਵਾ ਸ਼ੁਰੂ ਕਰਦੇ ਹਾਂ, ਸ਼ਾਮੀ 4 ਵਜੇ ਤੱਕ ਅਸੀਂ ਸੇਵਾ ਕਰਦੇ ਹਾਂ। ਹਾਂਜੀ, ਸੋ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਇੱਥੇ ਤਨ ਮਨ ਦੇ ਨਾਲ ਸੇਵਾ ਕਰਦੀਆਂ ਨੇ, ਦੂਰੋਂ ਦੂਰੋਂ ਸੰਗਤਾਂ ਸੇਵਾ ਕਰਨ ਇੱਥੇ ਪਹੁੰਚਦੀਆਂ ਨੇ, ਪਾਠ ਕਰਦੀਆਂ ਨੇ। ਬਾ ਇਹ ਦੇਖ ਸਕਦੇ ਹੋ ਕਿ ਜਿਹੜੇ ਚੱਲਣ ਫਿਰਨ ਤੋਂ ਅਸਮਰਥ ਨੇ ਉਹ ਵੀ ਇੱਥੇ ਹਾਜ਼ਰੀ ਭਰ ਰਹੇ ਨੇ, ਗੱਲਬਾਤ ਕਰਦੇ ਆ। ਅੱਛਾ, ਦੇਖ ਸਕਦੇ ਹੋ ਕਿ ਇਹ ਵੀ ਇੱਥੇ ਹਾਜ਼ਰੀ ਭਰ ਰਹੇ ਨੇ ਤਾਂ ਜੋ ਇਹਨਾਂ ਦੀ ਜਿਹੜੇ ਦੁੱਖ ਦਰਦ ਨੇ ਉਹ ਕੱਟੇ ਜਾਣ। ਜਿੰਨੀ ਮਰਜ਼ੀ ਸੰਗਤ ਤਕਲੀਫ ਵਿੱਚ ਹੋਵੇ, ਉਹ ਬਾਬਾ ਜੀ ਦੇ ਪ੍ਰਤੀ ਉਹਨਾਂ ਦੀ ਇੰਨੀ ਅਥਾਹ ਸ਼ਰਧਾ ਹੈ ਕਿ ਉਹ ਇੱਥੇ ਹਾਜ਼ਰੀ ਭਰਦੇ ਨੇ ਤਾਂ ਜੋ ਉਹਨਾਂ ਦੇ ਜਿਹੜੇ ਦੁੱਖ ਦਰਦ ਨੇ ਉਹ ਦੂਰ ਹੋ ਜਾਣ। ਗੱਲਬਾਤ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਆਉਂਦੇ ਹੋ ਜੀ? ਅਸੀਂ ਫਤਿਹਗੜ੍ਹ ਛੂੜੀਆਂ ਲੱਗੋ ਜੀ। ਹਰ ਐਤਵਾਰ 'ਚ ਹਾਜ਼ਰੀ ਭਰਦੇ ਹੋ? ਅਤੇ ਬਾਬਾ ਜੀ ਨੂੰ ਕੀ ਪ੍ਰੋਬਲਮ? ਇਹਨਾਂ ਦਾ ਕਲੋੜ ਜੇ ਕਲੋਟ ਹੈ ਦਿਮਾਗ 'ਚ, ਸਿਰ 'ਚ ਕਲੋਟ ਹੈ। ਕਿੰਨੀ ਦੇਰ ਤੋਂ ਹਾਜ਼ਰੀ ਭਰ ਰਹੇ ਨੇ ਕਿ ਅੱਜ ਹੀ ਲੈ ਕੇ ਆਏ? ਨਹੀਂ, ਅੱਜ 7ਵਾਂ ਐਤਵਾਰ ਜੀ। ਤੇ ਰਿਕਵਰੀ ਹੋਈ ਹੈ ਇਹਨਾਂ ਦੀ? ਹਾਂਜੀ ਹਾਂਜੀ, ਅੱਖਾਂ ਅੱਗੇ ਨਾਲ ਠੀਕ ਹੋਈਆਂ, ਅੱਗੇ ਨਿਗਾਹ ਵੀ ਤਾਂ ਹੋ ਗਈ ਸੀ, ਉਹ ਠੀਕ ਹੋਈ ਆ। ਤੇ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ ਬਾਬਾ ਦੀਪ ਸਿੰਘ ਜੀ ਦੇ ਇੱਥੇ ਸੰਗਤਾਂ ਦੇ ਦੁੱਖ ਦਰਦ ਕੱਟੇ ਜਾਣ? ਬਹੁਤ ਬਹੁਤ ਜੀ, ਅੱਗੇ ਸਭ ਕੁਝ ਮਹਾਰਾਜ ਨੇ ਇਹਨਾਂ ਦਿੱਤਾ ਸਾਨੂੰ ਜੀ, ਹੁਣ ਗਾਂ ਵੀ ਦੇਣਗੇ, ਦੁੱਖ ਵੀ ਉਹ ਕੱਟਣਗੇ ਜੀ। ਹਾਂਜੀ ਹਾਂਜੀ, ਬਹੁਤ ਕੁਝ ਦਿੱਤਾ ਸਾਨੂੰ ਜੀ ਸੱਚੇ ਪਾਤਸ਼ਾਹ। ਤੇ ਹਰ ਐਤਵਾਰ ਆਉਂਦੇ ਨੇ ਨਾਲ? ਹਾਂਜੀ ਹਾਂਜੀ, ਹਰ ਐਤਵਾਰ ਜੀ। ਚਲੋ, ਅਸੀਂ ਵੀ ਕਾਮਨਾ ਕਰਦੇ ਹਾਂ ਕਿ ਜਲਦ ਤੋਂ ਜਲਦ ਠੀਕ ਹੋਣ। ਤੇ ਹੋਰ ਜਿਹੜੇ ਆਪਣੇ ਵਰਗੀਆਂ ਮਾਤਾਵਾਂ ਭੈਣਾਂ ਕੀ ਮੈਸੇਜ ਦੇਣਾ ਚਾਹੁੰਦੇ? ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਕਿ ਜ਼ਰੂਰ ਇੱਥੇ ਹਾਜ਼ਰੀ ਭਰਨੀ ਚਾਹੀਦੀ ਹੈ, ਗੁਰੂ ਘਰ ਬਹੁਤ ਕੁਛ ਮਹਾਰਾਜ ਦਿੰਦਾ, ਸੱਚੇ ਪਾਤਸ਼ਾਹ ਸਭ ਦੇ ਦੁੱਖ ਕੱਟਦਾ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੋ ਦੇਖ ਸਕਦੇ ਹੋ ਕਿ ਸੰਗਤਾਂ ਹਰ ਜਿਹੜੀਆਂ ਹਰ ਪ੍ਰਕਾਰ ਦੀ, ਜੇ ਕਿਸੇ ਨੂੰ ਕੋਈ ਕਸ਼ਟ ਹੈ ਉਹ ਇੱਥੇ ਆ ਕੇ ਹਾਜ਼ਰੀ ਭਰਦਾ ਹੈ ਤਾਂ ਜੋ ਜਿਹੜੇ ਉਹਨਾਂ ਦੇ ਦੁੱਖ ਦਰਦ ਨੇ ਕੱਟੇ ਜਾਣ। ਹਰ ਪ੍ਰਕਾਰ ਦੀ ਜਿਹੜੀ ਇੱਥੇ ਬਾਬਾ ਜੀ ਉਹਨਾਂ ਦੀਆਂ ਮਨ ਮੁਰਾਦਾਂ ਜਿਹੜੀਆਂ ਨੇ ਪੂਰੀਆਂ ਕਰਦੇ ਨੇ। ਦੇਖ ਸਕਦੇ ਹੋ ਆਸ ਪਾਸ ਸੰਗਤਾਂ ਦਾ ਰਸ਼ ਇੱਥੇ ਦੇਖਣ ਨੂੰ ਮਿਲ ਰਿਹਾ ਹੈ। ਥੋੜ੍ਹੀ ਹੀ ਦੇਰ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ ਅਤੇ ਸੰਗਤਾਂ ਇੱਥੇ ਜਗ੍ਹਾ ਲੱਭ ਕੇ ਬੈਠ ਰਹੀਆਂ ਨੇ ਤਾਂ ਜੋ ਪਾਠ ਦੇ ਵਿੱਚ ਹਾਜ਼ਰੀ ਭਰ ਸਕਣ। ਸੇਵਾ ਵਧਾਰਾ ਵੱਲੋਂ ਸੇਵਾ ਕੀਤੀ ਜਾ ਰਹੀ ਹੈ, ਪੱਖੇ ਚੱਲਣ ਦੀ ਸੇਵਾ ਕੀਤੀ ਜਾ ਰਹੀ ਹੈ, ਗੁਟਕਾ ਸਾਹਿਬ ਦੀ ਸੇਵਾ ਕੀਤੀ ਜਾ ਰਹੀ ਹੈ, ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ, ਪਾਠ ਕੀਤਾ ਜਾ ਰਿਹਾ ਹੈ। ਹਰ ਕੋਈ ਇੱਥੇ ਅਰਦਾਸ ਕਰਦਾ ਹੈ ਤਾਂ ਜੋ ਉਹਨਾਂ ਦੀਆਂ ਮਨ ਮੁਰਾਦਾਂ ਜਿਹੜੀਆਂ ਨੇ ਪੂਰੀਆਂ ਹੋਣ, ਅਥਾਹ ਸ਼ਰਧਾ ਸੰਗਤ ਦੀ ਇੱਥੇ ਦੇਖਣ ਨੂੰ ਮਿਲਦੀ ਹੈ। ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।